ਜਿਹੜੇ ਸਾਡੀ ਜੰਗ ਚ ਕੈਬਨਟ ਨੇ ਅੱਜ ਅਪਰੂਵ ਕਰਤਾ ਜੀ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲੇਗੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਆਵਾਮ ਦੀ ਜਿੱਤ ਹੋਈ ਆ ਕੋਈ ਸ਼ੱਕ ਨਹੀਂ ਹੈਗਾ ਪਹਿਲਾਂ ਤਾਂ ਸਭ ਸਟੇਕ ਹੋਲਡਰ ਧਾਰਮਿਕ ਜਥੇਬੰਦੀਆਂ ਕਾਮਰੇਡ ਹੋਵੇ ਯੂਥ ਹੋਣ ਸਾਡੇ ਬਜ਼ੁਰਗ ਹੋਣ ਹਰਿਆਣਾ ਯੂਪੀ ਕਸ਼ਮੀਰ ਤੋਂ ਕਨਿਆ ਕੁਮਾਰੀ ਔਰ ਸੋਸ਼ਲ ਮੀਡੀਆ ਦੇ ਤੁਸੀ ਜੋਦੇ ਸਭ ਦਾ ਧੰਨਵਾਦ ਇਤਿਹਾਸਿਕ ਅੰਦੋਲਨ ਦਾ ਹਿੱਸਾ ਬਣੇਗੀ ਤੁਹਾਡੇ ਬੱਚੇ ਜਿਹੜੇ ਆ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਇਸ ਅੰਦੋਲਨ ਨੂੰ ਯਾਦ ਰੱਖਣੀ ਹੈ ਕਿਤਾਬਾਂ ਦੇ ਵਿੱਚ ਇਸ ਅੰਦੋਲਨ ਨੂੰ ਜਿੱਤ ਦੇ ਤੌਰ ਤੇ ਦੱਸਿਆ ਜਾਏਗਾ ਔਰ ਲੋਕਤੰਤਰ ਦੀ ਜਿੱਤ ਦੇ ਤੌਰ ਤੇ ਦੱਸਿਆ ਜਾਏਗਾ 47 ਤੋਂ ਬਾਅਦ ਲੋਕਤੰਤਰ ਕਿੰਨਾ ਕਿ ਜਿੰਦਾ ਹੈਗਾ اکੋਤੀ ਲੋਕਤੰਤਰ ਆਈਸੀਯੂ ਚ ਪਰ ਲੋਕਾਂ ਨੇ ਬਾਹਰ ਨਿਕਲ ਕੇ ਦਿੱਲੀ ਤਖਤ ਦੇ ਬਾਾਰ ਲੋਕਤੰਤਰ ਤੇ ਲੋਕਮਤ ਦੀ ਜਿੱਤ ਦਿਖਾਈ ਸਰਕਾਰਾਂ ਨੇ ਇੱਕ ਸਾਲ ਲਗਾਤਾਰ ਆਵਾ ਪਸੰਦੇ ਆਂਦੇ ਬਹੁਤ ਜ਼ੁਲਮ ਸਿਆ ਬਹੁਤ ਜ਼ਬਰ ਹੋਇਆ ਹਰਿਆਣਾ ਵਿੱਚ ਹੋਇਆ ਪੰਜਾਬ ਵਿੱਚ ਹੋਇਆ ਪਰ ਐਂਡ ਤੇ ਲੋਕਤੰਤਰ ਦੀ ਜਿੱਤ ਹੋਈ ਹੈ ਜੀ ਪਰ ਇਹੀ ਕਵਾਂਗੇ ਜੀ ਵਜ਼ੀਰ ਆਜ਼ਮ ਨੂੰ ਕਿ ਸਾਡੇ ਸਿਲੇਕਟਿਡ ਇਲੈਕਟਿਡ ਪ੍ਰਾਈਮ ਮਿਨਿਸਟਰ ਜੇ ਇਸ ਫੋਬੀਆ ਨੂੰ ਦਿਮਾਗ ਚੋਂ ਕੱਢਣ ਦੀ ਲੋੜ ਹੈਗੀ ਆ ਕਿ ਜਿਹੜੇ 18 19 ਕਰੋੜ ਭਾਜਪਾ ਦੇ ਵੋਟਰ ਨੇ ਜਿਨ੍ਹਾਂ ਨੇ 2019 ਦੇ ਵਿੱਚ ਇਹਨਾਂ ਨੂੰ ਚੁਣਿਆ ਤੁਸੀਂ ਇਕੱਲੇ ਉਹਦੇ ਪ੍ਰਧਾਨ ਮੰਤਰੀ ਜੇ ਨਹੀਂ ਤੁਸੀਂ ਕਿਸਾਨ ਦੇ ਮਜ਼ਦੂਰ ਦੇ ਵਪਾਰੀ ਦੇ ਹਰ ਬੇਰੋਜ਼ਗਾਰ ਦੇ ਰੋਜ਼ਗਾਰ ਦੇ ਹਰ ਕਿਸੇ ਦੇ ਤੁਸੀਂ ਸਿਲੇਕਟਿਡ ਇਲੈਕਟਿਡ ਪ੍ਰਾਈਮ ਮਿਨਿਸਟਰ ਜੇ ਔਰ ਕੰਮ ਕਰਦੇ ਦਿਖਣਾ ਚਾਹੀਦਾ ਜਿਹੜਾ ਆਪਾਂ ਇਨਕਲੂਸਿਵ ਸਬਤ ਕਾ ਸਾਰ ਸਭ ਕਾ ਵਿਕਾਸ ਉਹ ਕਦੀ ਦਿਖਿਆ ਨਹੀਂ ਪਿਛਲੇ 7-8 ਸਾਲ ਚ ਔਰ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਜੱਥੇਬੰਦੀਆਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਯੋਧਿਆਂ ਨੂੰ ਜਿਨ੍ਹਾਂ ਨੇ ਜੰਗ ਲੜੀ ਪਿਛਲੇ 1 ਸਾਲ ਸਵਾ ਸਾਲ ਤੋਂ ਉਹਨਾਂ ਨੂੰ ਸਲਾਮ ਹੈ ਉਹਦਾ ਕਾਰਨ ਇਹ ਹੈਗਾ ਜੀ ਫਿਰਕਾ ਪ੍ਰਸਤੀ ਸਭ ਤੋਂ ਵੱਡੀ ਗੱਲ ਕਿਸਾਨ ਅੰਦੋਲਨ ਜਿੱਤੇ ਆ ਪੂਰਾ ਕਿ ਨਹੀਂ ਜਿੱਤੇ ਐਮਐਸਬੀ ਹਲੇ ਬਹੁਤ ਦੂਰ ਹੈ ਉੱਤੇ ਲਈ ਵੀ ਸੰਘਰਸ਼ ਕਰਨਾ ਪਏਗਾ ਪਰ ਫਿਰਕਾ ਪ੍ਰਸਤੀ ਨੂੰ ਤੁਸੀਂ ਲੋਕਾਂ ਨੇ ਵੱਡੀ ਟਾਲ ਆਈਏ ਪਿਛਲੇ 7 ਸਾਲ ਤੋਂ ਇਹ ਥੋੜੀ ਆਬੂ ਹਵਾ ਜਿਹੜੀ ਇਸ ਮੁਲਕ ਦੀ ਉਹ ਥੋੜੀ ਜਰੀਲੀ ਲੱਗ ਰਹੀ ਸੀ। ਆ ਨਾਗਪੁਰ ਤੋਂ ਚੁਣੀ ਹੋਈ ਸਰਕਾਰ ਐਦਾ ਲੱਗ ਰਹੀ ਸੀ ਕਿ ਭਈ ਨਾਗਪੁਰ ਦੇ ਏਜੰਡੇ ਨੂੰ ਹੀ ਅੱਗੇ ਕਰ ਰਹੀ ਐ। ਪਰ ਲੋਕਾਂ ਨੇ ਹਰਿਆਣੇ ਦੇ ਤਾਊਆ ਨੇ ਤਾਈਆਂ ਨੇ ਯੂਪੀ ਵਾਲਿਆਂ ਨੇ ਤਕੈਤ ਹੋਣਾ ਨੇ। ਪੰਜਾਬ ਦੇ ਆ ਯੋਧਿਆਂ ਨੇ, ਯੂਥ ਨੇ, ਬਜ਼ੁਰਗਾਂ ਨੇ ਸਭ ਨੇ ਇੱਕ ਹੋ ਕੇ ਦਿੱਲੀ ਤਖਤ ਦੇ ਬਾਹਰ ਇਹ ਜੰਗ ਲੜੀ। ਦੁਬਾਰਾ ਇਹੀ ਕਵਾਂਗੇ ਜੀ ਸਦਬੁੱਧੀ ਆਵੇ ਆਪਣੇ ਪ੍ਰਾਈਮ ਮਿਨਿਸਟਰ ਨੂੰ। ਤੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਜੇ ਅਜੇ ਕਾਨੂੰਨ ਵਾਪਸ ਨਾ ਲੈ ਜਾਂਦੇ ਤੇ ਬਾਰ-ਬਾਰ ਪਿਛਲੇ 1.5 ਸਾਲ ਤੋਂ ਚੈੱਕ ਰਿਹਾ ਲੱਗਣਾ ਹੀ ਨਹੀਂ ਸੀ ਕਿ ਇਸ ਮੁਲਕ 'ਚ ਲੋਕਤੰਤਰ ਹੈਗਾ ਲੋਕਾਂ ਨੇ ਚੁਣੀ ਸਰਕਾਰ ਜਿਹੜੀ ਆ ਲੋਕਮਤ ਦੇ ਖਿਲਾਫ ਜਾਂਦੀ ਆ ਲੋਕ ਨਹੀਂ ਚਾਹੁੰਦੇ ਜਦੋਂ ਕੇਰਲਾ ਦਾ ਰਬੜ ਵਾਲਾ ਨਹੀਂ ਚਾਹੁੰਦਾ ਉਹ ਐਮਐਸਪੀ ਪਾਲ ਰਿਹਾ ਤੁਸੀਂ ਕੁਝ ਹੋਰ ਦੇ ਰਹੇ ਜੀ ਤੇਲੰਗਣਾ ਦਾ ਹਲਦੀ ਦਾ ਕਿਸਾਨ ਨਹੀਂ ਚਾਹੁੰਦਾ ਪੰਜਾਬ ਵਾਲਾ ਝੋਨੇ ਦਾ ਕਿਸਾਨ ਨਹੀਂ ਚਾਹੁੰਦਾ ਯੂਪੀ ਦੇ ਗੰਨੇ ਦਾ ਕਿਸਾਨ ਨਹੀਂ ਚਾਹੁੰਦਾ ਬਿਹਾਰ ਦੇ ਦਾਣ ਦਾ ਕਿਸਾਨ ਨਹੀਂ ਚੰਦਾ ਤੇ ਤੁਸੀਂ ਉੱਤੇ ਤੇ ਥੋਪਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਏਕੇ ਨੇ ਤੁਹਾਨੂੰ ਆਪਣੀ ਅਕਲ ਟਿਕਾਣੀ ਲਿਆਂਦੀ ਫਿਰ ਇਹੀ ਕਵਾਂਗੇ ਜੀ ਕਿ ਲੋਕ ਜਾਣ ਤਾਂ ਬਹੁਤ ਜੰਗਾ ਜਿੱਤੀਆਂ ਜਾ ਸਕਦੀਆਂ ਇਹ ਸਿਰਫ ਇੱਕ ਕਹਿ ਸਕਦੇ ਆ ਇੱਕ ਪੜਾਵ ਹੈ ਇੱਕ ਪਲੇਟਫਾਰਮ ਹੈ ਅੱਗੇ ਜਾਣ ਦੀ ਲੋੜ ਹੈ ਭੀੜ ਤੇ ਸੰਗਠਨ ਸੰਗਠਿਤ ਹੋਏ ਲੋਕਾਂ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਭੀੜ ਜਿਹੜੀ ਆ ਉਹ ਅਰਾਜਕਤਾ ਫੁਲਾਉਂਦੀ ਆ ਸੰਗਠਿਤ ਲੋਕ ਜਿਹੜੇ ਆ ਉਹ ਟੀਚੇ ਲਈ ਜਾਂਦੇ ਆ ਲੋਕ ਹਿੱਤ ਲਈ ਜਾਂਦੇ ਆ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਂਦੇ ਆ ਔਰ ਕੁਝ ਸਮਾਜਿਕ ਟੀਚੇ ਹੁੰਦੇ ਆ ਉਹਨਾਂ ਦੇ ਦੁਬਾਰਾ ਹੀ ਗਾਂ ਜੀ ਸੋਸ਼ਲ ਮੀਡੀਆ ਦੇ ਯੁੱਧਿਆਂ ਦਾ ਸਪੈਸ਼ਲੀ ਧੰਨਵਾਦ ਜਿਨ੍ਹਾਂ ਨੇ ਵੱਡੀ ਜੰਗ ਜਿਹੜੀ ਆ ਕਾਰਨ ਇਹ ਹੈਗਾ ਕਿ ਅੱਜ ਮੀਡੀਆ ਤੋਂ ਹੀ ਲੋਕ ਡਰਦੇ ਆ ਜਦੋਂ ਗੋਦੀ ਮੀਡੀਆ ਤੁਹਾਡੇ ਨਾਲ ਨਹੀਂ ਸੀ ਗੋਦੀ ਮੀਡੀਆ ਸਾਡੇ ਨਾਲ ਨਹੀਂ ਸੀ ਉਦੋਂ ਤੁਸੀਂ ਸੋਸ਼ਲ ਮੀਡੀਆ ਦੇ ਯੁੱਧਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਤਾਂ ਲੋਕਤੰਤਰ ਜੋ ਲੋਕ ਵੱਡੇ ਹੁੰਦੇ ਆ ਸਰਕਾਰਾਂ ਨੂੰ ਚੇਤੇ ਕਰਾਇਆ ਜੰਗ ਜਾਰੀ ਰਹੂਗੀ ਤਾਂ